ਕੀ ਤੁਸੀਂ ਵੀ ਰਾਤੋ ਰਾਤ ਅਮੀਰ ਹੋਣਾ ਚਾਹੁੰਦੇ ਹੋ? ਕੀ ਤੁਸੀਂ ਚਾਹੁੰਦੇ ਹੋ ਵੀ 10-15 ਹਜ਼ਾਰ ਰੁਪਇਆ ਲਾਈਏ ਤੇ ਮਹੀਨੇ ਦਾ 40-50 ਹਜ਼ਾਰ ਰੁਪਇਆ ਕਮਾਈਏ? ਜਾਂ ਤੁਸੀਂ ਚਾਹੁੰਦੇ ਹੋ ਵੀ ਹੁਣ ਸਕੂਟਰੀਆਂ ਬਦਲ ਕੇ ਮਰੂਤੀ ਗੱਡੀਆਂ ਲੈ ਲਈਏ? ਜਾਂ ਤੁਸੀਂ ਚਾਹੁੰਦੇ ਹੋ ਵੀ ਆਪਣੇ ਬੱਚਿਆਂ ਨੂੰ ਵਧੀਆ ਸਕੂਲਾਂ 'ਚ ਪੜ੍ਹਾਈਏ? ਤੇ ਅੱਜ ਦੀ ਵੀਡੀਓ ਸਪੈਸ਼ਲ ਤੁਹਾਡੇ ਲਈ ਹੈਗੀ ਆ। ਦੇਖੋ ਜੀ, ਅੱਜ ਦੀ ਵੀਡੀਓ ਖਾਸ ਤੌਰ ਤੇ ਦੁਕਾਨਦਾਰਾਂ, ਰੀਸੇਲਰਾਂ, ਫੇਰੀ ਲਾਉਣ ਵਾਲਿਆਂ ਤੇ ਨਵਾਂ ਕੰਮ ਸ਼ੁਰੂ ਕਰਨ ਵਾਲਿਆਂ ਲਈ ਆ। ਆਹ ਜਿਹੜੀ ਵਰਾਇਟੀ ਦਿਖਾ ਰਹੇ ਆ, ਬਾਜ਼ਾਰ 'ਚ ਕੋਈ 400 ਦਾ ਸੂਟ ਦਿੰਦਾ, ਕੋਈ 500 ਦਾ ਦਿੰਦਾ, ਇੱਥੋਂ ਲੈ ਜੇ 200 ਰੁਪਏ ਦਾ ਸੂਟ। ਦੇਖੋ ਜੀ, ਨਾਲੇ ਤੁਹਾਨੂੰ ਦੱਸਿਆ ਜਾਊਗਾ, ਆਹ ਚੱਕੋ ਕਾਟਨ ਦਾ ਸੂਟ, ਬਾਜ਼ਾਰਾਂ 'ਚ 500 ਦਾ ਵਿਕਦਾ, ਸਾਡੇ ਕੋਲ 250 ਦਾ ਲੈ ਕੇ 350 ਰੁਪਏ ਦਾ ਵੇਚ ਦਿਓ। ਇਹਦੇ ਵਿੱਚ ਰੰਗ ਕਲਰ ਜਿੰਨੇ ਮਰਜ਼ੀ ਲੈ ਲਓ। ਆਹ ਦੇਖੋ, ਜਿਹੜੇ 600-600 ਰੁਪਏ ਦੇ ਸੂਟ ਬਾਜ਼ਾਰ 'ਚ ਤੁਸੀਂ ਲੈਂਦੇ ਹੋ, ਇੱਥੋਂ ਤੁਹਾਨੂੰ ਮਿਲਣੇ ਸਿਰਫ 250-250 ਰੁਪਏ 'ਚ। 250 ਦਾ ਸੂਟ ਲੈ ਕੇ ਜਾਓ, ਭਾਵੇਂ ਬਾਜ਼ਾਰ ਦੇ ਵਿੱਚ 400 ਦਾ ਵੇਚ ਦਿਓ, ਭਾਵੇਂ 450 ਦਾ ਵੇਚ ਦਿਓ, ਵੱਡੇ ਫਾਇਦੇ ਆ। ਆਪਣੇ ਪਿੰਡ ਦੇ, ਆਪਣੇ ਸ਼ਹਿਰ ਪਿੰਡ ਘਰੇ ਕੱਪੜਾ ਰੱਖ ਲਓ ਤੇ 2-4 ਘਰਾਂ ਨੂੰ ਦੱਸ ਦਿਓ, ਆਟੋਮੈਟਿਕ ਤੁਹਾਡੀ ਐਡ ਹੋ ਜਾਣੀ ਆ। ਚਾਹੇ ਤੁਸੀਂ 20,000 ਦਾ ਕੱਪੜਾ ਲੈ ਲਓ, 40,000 ਦਾ ਲੈ ਲਓ, 50,000 ਦਾ ਲੈ ਲਓ, ਤੁਸੀਂ ਆਨਲਾਈਨ ਇੱਥੋਂ ਸ਼ਾਪਿੰਗ ਕਰ ਸਕਦੇ ਆ। ਜਿਹੜਾ ਕੱਪੜਾ ਦਿਖਾ ਰਹੇ ਆ ਉਹ ਕੱਪੜਾ ਤੁਹਾਨੂੰ ਦੇਵਾਂਗੇ, ਵੱਡਾ ਫਾਇਦਾ ਕੀ ਆ, ਇਸ ਗੱਲ ਦੀ ਗਰੰਟੀ ਹਰਦੀਪ ਸਿੰਘ ਤੱਕੜ ਸਾਹ ਟੀਵੀ ਤੋਂ ਵੀ ਲੈਂਦਾ। ਦੇਖੋ ਜੀ, ਹੁਣ ਦਿਨ ਗਏ ਗਰੀਬੀ ਵਾਲੇ, ਹੁਣ ਦਿਨ ਗਏ ਤੁਹਾਨੂੰ ਕਿਸੇ ਮੂਰੇ ਹੱਥ ਫਲਾਉਣਾ ਪੈਂਦਾ। ਆ ਜਾਓ ਹੁਣ ਆ ਨਾਲ ਤੁਹਾਡੇ ਰਲ ਜਾਂਦੇ ਆ, ਮਾਤੂ ਸ਼੍ਰੀ ਦਸਤਾਰ ਤੇ ਆ ਜਾਓ, ਪੜ੍ਹ ਕੇ ਪੁਰਾਣੇ ਆ ਜਾਓ, ਜਿਹੜੇ ਬਾਜ਼ਾਰਾਂ 'ਚ 3-3 ਹਜ਼ਾਰ ਦੇ ਸੂਟ 650-600 ਰੁਪਏ 'ਚ ਲੈ ਜਾਓ। ਏਦਾਂ ਹੀ ਸਾਡੇ ਕੋਲ ਹੋਰ ਬਹੁਤ ਸਾਰੀਆਂ ਵਰਾਇਟੀਆਂ ਆ, ਛੇਤੀ ਆ ਜਾਓ। ਸਾਡੇ ਕੋਲ 150-200 ਤੋਂ ਸ਼ੁਰੂ ਹੋ ਕੇ ਤੁਸੀਂ 2-4-5 ਹਜ਼ਾਰ ਤੱਕ ਦੀਆਂ ਵਰਾਇਟੀਆਂ ਲੈ ਕੇ ਜਾ ਸਕਦੇ ਆ, ਫਾਇਦਾ ਤੁਹਾਡਾ ਆ। ਦੇਖੋ ਜੀ, ਕੱਪੜੇ ਦਾ ਕੰਮ ਸ਼ੁਰੂ ਕਰਨ ਵਾਸਤੇ ਤੁਸੀਂ ਕੋਈ ਬਹੁਤੇ ਪੜ੍ਹੇ ਲਿਖੇ ਹੋਣੇ ਨਹੀਂ ਚਾਹੀਦੇ, ਤੁਹਾਨੂੰ ਕੋਈ ਬਾਹਲੀ ਨੌਲੇ ਲੈਣੀ ਨਹੀਂ ਪੈਣੀ, ਤੁਹਾਨੂੰ ਕੱਪੜੇ ਦਾ ਕੰਮ ਸ਼ੁਰੂ ਕਰਨ ਵਾਸਤੇ ਕੋਈ ਕੋਰਸ ਕਰਨ ਦੀ ਲੋੜ ਨਹੀਂ ਆ। ਤੁਸੀਂ ਬਾਗੇ ਪੈਣੇ ਆ ਜਾਓ, ਤੁਹਾਨੂੰ ਵਰਾਇਟੀ ਬਣਾਉਣ ਦੇ ਵਿੱਚ ਸਾਡੇ ਟੌਪ ਦੇ ਸੇਲਮੈਨ ਪੂਰੀ ਹੈਲਪ ਕਰਨਗੇ, ਤੁਹਾਨੂੰ ਦੱਸਣਗੇ 10-15 ਹਜ਼ਾਰ ਖਰਚ ਕੇ ਤੁਸੀਂ 30-35 ਹਜ਼ਾਰ ਦੀ ਸੇਲ ਕਿਵੇਂ ਕਰ ਸਕਦੇ ਹੋ। ਕੀ ਤੁਸੀਂ ਵੀ ਰਾਤੋ ਰਾਤ ਅਮੀਰ ਹੋਣਾ ਚਾਹੁੰਦੇ ਹੋ? ਕੀ ਤੁਸੀਂ ਚਾਹੁੰਦੇ ਹੋ ਵੀ 10-15 ਹਜ਼ਾਰ ਰੁਪਇਆ ਲਾਈਏ ਤੇ ਮਹੀਨੇ ਦਾ 40-50 ਹਜ਼ਾਰ ਰੁਪਇਆ ਕਮਾਈਏ? ਜਾਂ ਤੁਸੀਂ ਚਾਹੁੰਦੇ ਹੋ ਵੀ ਹੁਣ ਸਕੂਟਰੀਆਂ ਬਦਲ ਕੇ ਮਰੂਤੀ ਗੱਡੀਆਂ ਲੈ ਲਈਏ? ਜਾਂ ਤੁਸੀਂ ਚਾਹੁੰਦੇ ਹੋ ਵੀ ਆਪਣੇ ਬੱਚਿਆਂ ਨੂੰ ਵਧੀਆ ਸਕੂਲਾਂ 'ਚ ਪੜ੍ਹਾਈਏ? ਤੇ ਅੱਜ ਦੀ ਵੀਡੀਓ ਸਪੈਸ਼ਲ ਤੁਹਾਡੇ ਲਈ ਹੈਗੀ ਆ। ਅੱਜ ਦੀ ਵੀਡੀਓ ਐਂਡ ਤੱਕ ਦੇਖ ਲਿਓ, ਰਾਤੋ ਰਾਤ ਤੁਹਾਡੀਆਂ ਕਿਸਮਤਾਂ ਬਦਲ ਦਿਆਂਗੇ। ਹੁਣ ਤੱਕ ਮਾਤੂ ਸ਼੍ਰੀ ਦਸਤਾਰ ਬਾਗਾ ਪੁਰਾਣਾ ਨੇ ਬਹੁਤ ਸਾਰੇ ਲੋਕਾਂ ਨੂੰ ਘਰ ਬੈਠ ਕੇ ਨਵਾਂ ਕੰਮ ਸ਼ੁਰੂ ਕਰਾਤਾ, ਬਹੁਤ ਸਾਰੇ ਲੋਕਾਂ ਦੀਆਂ ਦੁਕਾਨਾਂ ਖਲਾਤੀਆਂ। ਅੱਜ ਹੁਣ ਸਾਨੂੰ ਸੂਟਾਂ ਦੇ ਰੇਟ ਇੱਦਾਂ ਦੇ ਅਸੀਂ ਦੱਸਣ ਜਾ ਰਹੇ ਹਾਂ, ਤੁਹਾਨੂੰ ਲੁਧਿਆਣੇ ਜਾਣ ਦੀ ਲੋੜ ਨਹੀਂ ਪੈਣੀ, ਅੰਮ੍ਰਿਤਸਰ ਸਾਹਿਬ ਜਾਣ ਦੀ ਲੋੜ ਨਹੀਂ ਪੈਣੀ, ਅੰਬਾਲੇ ਜਾਣ ਦੀ ਲੋੜ ਨਹੀਂ ਪੈਣੀ, ਬਠਿੰਡੇ ਜਾਣ ਦੀ ਲੋੜ ਨਹੀਂ ਪੈਣੀ, ਕਿਤੇ ਜਾਣ ਦੀ ਲੋੜ ਨਹੀਂ ਪੈਣੀ, ਕਿਉਂਕਿ ਅਸੀਂ ਪਹੁੰਚੇ ਹਾਂ ਮਾਤੂ ਸ਼੍ਰੀ ਦਸਤਾਰ ਬਾਗਾ ਪੁਰਾਣਾ ਦੇ ਹੈੱਡ ਆਫਿਸ ਟੱਪ ਦੇ ਵਿੱਚ, ਜਿੱਥੇ ਤੁਹਾਨੂੰ ਅਸੀਂ ਦੇਵਾਂਗੇ ਸੈੱਟ ਬਾਏ ਸੈੱਟ ਸੂਟ, ਜਿੱਥੇ ਤੁਹਾਨੂੰ ਅਸੀਂ ਦੇਵਾਂਗੇ ਕੋਟੀਆਂ ਦੇ ਭਾਅ ਕੱਪੜਾ, ਔਰ ਰੱਖੜੀ ਦੇ ਤਿਉਹਾਰ 'ਤੇ ਫਰੀ ਦੇ ਭਾਅ ਕੱਪੜਾ ਦੇਵਾਂਗੇ, ਜਿੱਥੋਂ ਤੁਸੀਂ ਕੱਪੜਾ ਲੈ ਕੇ ਸਸਤਾ ਖਰੀਦ ਕੇ ਵਧੀਆ ਮਾਰਜਨ ਰੱਖ ਕੇ ਵੇਚ ਕੇ ਚੰਗੇ ਪੈਸੇ ਕਮਾ ਸਕੋਗੇ। ਵੀਡੀਓ ਐਂਡ ਤੱਕ ਦੇਖਿਓ, ਅੱਜ ਦੀ ਵਰਾਇਟੀ ਟੌਪ ਦੀ ਦਿਖਾਵਾਂਗੇ ਤੁਹਾਨੂੰ। ਸੋ ਬਾਈ ਜੀ, ਅੱਜ ਹੈ ਨਾ ਮੇਰੇ ਭੈਣਾਂ ਭਰਾਵਾਂ ਨੂੰ ਖੁਸ਼ ਕਰ ਦਿਓ, ਲੋਕਾਂ ਨੂੰ ਦੱਸੋ ਕਿਵੇਂ ਅਮੀਰ ਹੋਈਦਾ, ਲੋਕਾਂ ਨੂੰ ਦੱਸੋ ਵੀ ਘਰ ਬੈਠ ਕੇ ਕਿਵੇਂ 35-35, 40-40, 50-50 ਹਜ਼ਾਰ ਰੁਪਇਆ ਕੱਪੜੇ ਦੇ ਕੰਮ 'ਚੋਂ ਕਮਾਇਆ ਜਾਂਦਾ, ਰੇਟ ਇੱਦਾਂ ਦੇ ਦੱਸ ਦਿਓ ਬਈ ਲੋਕ ਹੋਰ ਪਾਸੇ ਮੂੰਹ ਨਾ ਕਰਨ, ਕਿਉਂਕਿ ਵਿਚਾਰੇ ਬੜੀ ਮਿਹਨਤ ਕਰਦੇ, ਲੁੱਟਵਾ ਹੋ ਰਹੀ ਬਾਜ਼ਾਰ 'ਚ। ਦੇਖੋ ਜੀ, ਅਮੀਰ ਬਣਨ ਵਾਸਤੇ ਮਿਹਨਤ ਕਰਨੀ ਪਊਗੀ, ਇਮਾਨਦਾਰੀ ਦੇ ਨਾਲ ਤੁਹਾਨੂੰ ਕੱਪੜੇ ਦਾ ਕੰਮ ਕਰਨਾ ਪਊਗਾ। ਤੇ ਆਹ ਚੱਕੋ,
ਆ ਦੇਤੇ ਤੁਹਾਨੂੰ ਰੇਟ, ਚੱਕੋ ਜੀ ਆਲ ਓਵਰ ਸੂਟ ਪ੍ਰਿੰਟ ਦੁਪੱਟੇ ਦੇ ਨਾਲ 200 ਰੁਪਏ ਦਾ। ਦੇਖੋ ਜੀ ਅੱਜ ਦੀ ਵੀਡੀਓ ਖਾਸ ਤੌਰ ਤੇ ਦੁਕਾਨਦਾਰਾਂ, ਰੀਸੇਲਰਾਂ, ਫੇਰੀ ਲਾਉਣ ਵਾਲਿਆਂ ਤੇ ਨਵਾਂ ਕੰਮ ਸ਼ੁਰੂ ਕਰਨ ਵਾਲਿਆਂ ਲਈ ਆ। ਆਹ ਜਿਹੜੀ ਵਰਾਇਟੀ ਦਿਖਾ ਰਹੇ ਹਾਂ, ਬਾਜ਼ਾਰ 'ਚ ਕੋਈ 400 ਦਾ ਸੂਟ ਦਿੰਦਾ, ਕੋਈ 500 ਦਾ ਦਿੰਦਾ, ਇੱਥੋਂ ਲੈ ਜੇ 200 ਰੁਪਏ ਦਾ ਸੂਟ ਮਿਲਣਾ ਸੈੱਟ ਬਾਏ ਸੈੱਟ ਆ। ਤੁਸੀਂ ਇੰਡੀਆ ਦੇ ਜਿਹੜੇ ਮਰਜ਼ੀ ਕੋਨੇ 'ਚ ਬੈਠੇ ਹੋ, ਕੋਰੀਅਰ ਦੀ ਫੈਸਿਲਿਟੀ ਹੈਗੀ ਆ, ਸ਼ਿਪਿੰਗ ਦੀ ਸਰਵਿਸ ਹੈਗੀ ਆ, ਤੁਸੀਂ ਇੱਥੇ ਆ ਜਾਓ। ਜੇ ਦੂਰ ਆ ਤਾਂ ਤੁਸੀਂ ਔਨਲਾਈਨ ਵੀ ਕੱਪੜਾ ਲੈ ਕੇ ਜਾ ਸਕਦੇ ਹੋ, ਜਿੱਥੇ ਤੁਹਾਨੂੰ 400 ਵਾਲੇ ਸੂਟ 200 ਦੇ ਰਹੇ ਆ। ਦੇਖੋ ਜੀ ਨਾਲੇ ਤੁਹਾਨੂੰ ਦੱਸਿਆ ਜਾਊਗਾ, ਆਹ ਚੱਕੋ ਕਾਟਨ ਦਾ ਸੂਟ, ਬਜ਼ਾਰਾਂ 'ਚ 500 ਦਾ ਵਿਕਦਾ, ਸਾਡੇ ਕੋਲ 250 ਦਾ ਲੈ ਕੇ 350 ਰੁਪਏ ਦਾ ਵੇਚ ਦਿਓ। ਇਹਦੇ ਵਿੱਚ ਰੰਗ ਕਲਰ ਜਿੰਨੇ ਮਰਜ਼ੀ ਲੈ ਲਓ। ਦੇਖੋ ਜੀ ਬਥੇਰੀਆਂ ਨੌਕਰੀਆਂ ਕਰ ਲਈਆਂ, ਬਥੇਰਾ ਤੁਸੀਂ ਆਪਣੀ ਮਿਹਨਤ ਕਰ ਕਰਕੇ ਲੋਕਾਂ ਨੂੰ ਅਮੀਰ ਕਰਤਾ, ਹੁਣ ਵਾਰੀ ਤੁਹਾਡੀ ਆ ਗਈ ਆ, ਹੁਣ ਮਿਹਨਤ ਵੀ ਤੁਹਾਡੀ ਹੋਊਗੀ, ਅਮੀਰ ਵੀ ਤੁਸੀਂ ਹੋਊਗੇ। ਦੇਖੋ ਮਾਤੂ ਸ਼੍ਰੀ ਦਸਤਾਰ ਕੋਈ ਤੁਹਾਡੇ ਤੋਂ 2 ਲੱਖ ਰੁਪਈਆ ਨਹੀਂ ਮੰਗਦਾ, ਕੋਈ 1.5 ਲੱਖ ਰੁਪਈਆ ਨਹੀਂ ਮੰਗਦਾ, ਕੋਈ 5 ਲੱਖ ਰੁਪਈਆ ਨਹੀਂ ਮੰਗਦਾ, ਇਹ ਸਿਰਫ 15-20 ਹਜ਼ਾਰ ਰੁਪਈਆ ਲੈ ਕੇ ਆਓ, ਮਹੀਨੇ ਦਾ 50 ਹਜ਼ਾਰ ਰੁਪਈਆ ਕਮਾਓ। ਆਹ ਦੇਖੋ ਜਿਹੜੇ 600-600 ਰੁਪਏ ਦੇ ਸੂਟ ਬਾਜ਼ਾਰ ਤੁਸੀਂ ਲੈਂਦੇ ਹੋ, ਇੱਥੋਂ ਤੁਹਾਨੂੰ ਮਿਲਣੇ ਸਿਰਫ 250-250 ਰੁਪਏ 'ਚ। 250 ਦਾ ਸੂਟ ਲੈ ਕੇ ਜਾਓ, ਭਾਵੇਂ ਬਾਜ਼ਾਰ ਦੇ ਵਿੱਚ 400 ਦਾ ਵੇਚ ਦਿਓ, ਭਾਵੇਂ 450 ਦਾ ਵੇਚ ਦਿਓ, ਵੱਡੇ ਫਾਇਦੇ ਆ। ਦੇਖੋ ਜੇ ਤੁਸੀਂ 20-20 ਸੂਟ ਹੀ ਵੇਚਣ ਲੱਗ ਪਏ, ਦੋ 15-15 ਸੂਟ ਹੀ ਵੇਚਣ ਲੱਗ ਪਏ, ਤਾਂ ਮਹੀਨੇ ਦਾ 40-50-60 ਹਜ਼ਾਰ ਰੁਪਈਆ ਤੁਸੀਂ ਬੜੇ ਸੌਖੇ ਤਰੀਕੇ ਨਾਲ ਬਣਾ ਸਕਦੇ। ਦੇਖੋ ਜੀ ਕੱਪੜੇ ਦਾ ਕੰਮ ਕਰਨ ਵਾਸਤੇ ਕੋਈ ਵੱਡਾ ਸ਼ਹਿਰ ਨਹੀਂ ਚਾਹੀਦਾ, ਕੋਈ ਵੱਡਾ ਪਿੰਡ ਨਹੀਂ ਚਾਹੀਦਾ, ਕੋਈ ਵੱਡੀ ਦੁਕਾਨ ਨਹੀਂ ਚਾਹੀਦੀ, ਤੁਸੀਂ ਨੋਰਮਲ ਆਪਣੇ ਘਰੇ ਬੈਠ ਕੇ ਵੀ ਕੱਪੜਾ ਵੇਚ ਸਕਦੇ ਹੋ। ਆਪਣੇ ਪਿੰਡ ਦੇ, ਆਪਣੇ ਸ਼ਹਿਰ ਪਿੰਡ ਘਰੇ ਕੱਪੜਾ ਰੱਖ ਲਓ ਤੇ 2-4 ਘਰਾਂ ਨੂੰ ਦੱਸ ਦਿਓ, ਆਟੋਮੈਟਿਕ ਤੁਹਾਡੀ ਐਡ ਹੋ ਜਾਣੀ ਆ, ਕਿਉਂਕਿ ਮਾਤੂ ਸ਼੍ਰੀ ਦਸਤਾਰ ਨੇ ਤੁਹਾਨੂੰ ਦੇਣਾ ਕੱਪੜਾ ਵਧੀਆ ਤੇ ਘੱਟ ਰੇਟਾਂ ਦੇ ਵਿੱਚ। ਆ ਬਾਜ਼ਾਰ ਦੇ ਵਿੱਚ 700 ਦਾ ਮਿਲਦਾ, ਸਾਡੇ ਕੋਲ 350 ਦਾ ਲੈ ਜਾਓ ਤੇ 500 ਰੁਪਏ ਦਾ ਵੇਚ ਦਿਓ। ਆ ਦੇਖੋ ਇਹਦੇ ਵਿੱਚ ਰੰਗ ਡਿਜ਼ਾਈਨ ਤੁਹਾਨੂੰ ਬਹੁਤ ਸਾਰੇ ਮਿਲ ਜਾਣੇ ਆ। ਦੇਖੋ ਇੱਕ ਹੋਰ ਗੱਲ ਦੱਸ ਦਿੰਦੇ ਆ, ਸਾਡੇ ਬਹੁਤ ਭੈਣ ਭਰਾ ਜਿਹੜੇ ਨੌਕਰੀਆਂ ਕਰਦੇ ਸੀ, ਉਹਨਾਂ ਨੇ ਨੌਕਰੀਆਂ ਛੱਡ ਦਿੱਤੀਆਂ ਹੈਗੀਆਂ, ਉਹਨਾਂ ਨੇ ਆਪਣਾ ਨਵਾਂ ਕੰਮ ਸ਼ੁਰੂ ਕਰਤਾ, ਕੱਪੜੇ ਦੇ ਕੰਮ 'ਚ ਲੋਕਾਂ ਨੇ ਗੱਡੀਆਂ ਲੈ ਲਈਆਂ, ਆਪਣੀਆਂ ਦੁਕਾਨਾਂ ਬਣਾ ਲਈਆਂ, ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾਉਣਾ ਸ਼ੁਰੂ ਕਰਤਾ। ਤੁਹਾਡੇ ਦਿਨੋ ਦਿਨ ਅਮੀਰ ਤਾਂ ਤੁਸੀਂ ਹੋਣਾ, ਤੁਹਾਡੇ ਦਿਨ ਚਮਕਣ ਲੱਗ ਪੈਣੇ ਆ। ਆ ਜਾਓ, ਤੁਹਾਨੂੰ ਅਸੀਂ ਅੱਜ ਸਹੀ ਟਿਕਾਣੇ 'ਤੇ ਲੈ ਕੇ ਆਏ ਹਾਂ। ਇਸ ਗੱਲ ਦਾ ਇੱਕ ਹੋਰ ਮੈਂ ਤੁਹਾਨੂੰ ਵਾਅਦਾ ਕਰਦਾ, ਚਾਹੇ ਤੁਸੀਂ 20 ਹਜ਼ਾਰ ਦਾ ਕੱਪੜਾ ਲੈ ਲਓ, 40 ਹਜ਼ਾਰ ਦਾ ਲੈ ਲਓ, 50 ਹਜ਼ਾਰ ਦਾ ਲੈ ਲਓ, ਤੁਸੀਂ ਔਨਲਾਈਨ ਇੱਥੋਂ ਸ਼ੋਪਿੰਗ ਕਰ ਸਕਦੇ ਆ। ਜਿਹੜਾ ਕੱਪੜਾ ਦਿਖਾ ਰਹੇ ਹਾਂ ਉਹ ਕੱਪੜਾ ਤੁਹਾਨੂੰ ਦੇਵਾਂਗੇ, ਵੱਡਾ ਫਾਇਦਾ ਕੀ ਆ, ਇਸ ਗੱਲ ਦੀ ਗਰੰਟੀ ਹਰਦੀਪ ਸਿੰਘ ਤੱਗੜ ਸਾਂ ਟੀਵੀ ਤੋਂ ਵੀ ਲੈਂਦਾ, ਵੀ ਤੁਹਾਡਾ ਪੈਸਾ ਖਰਾਬ ਨਹੀਂ ਹੋਊਗਾ, ਜਿੰਨੇ ਦੀ ਸ਼ੋਪਿੰਗ ਕਰੂੰਗੇ ਉਨੇ ਪੈਸੇ ਦੇ ਕੱਪੜਾ ਤੁਹਾਡੇ ਘਰ ਆ ਜਾਊਗਾ। ਬਹੁਤ ਸਾਰੇ ਦੁਕਾਨਦਾਰ ਬਾਹਰ ਫਰੋਡ ਕਰ ਰਹੇ ਆ, ਤੁਸੀਂ ਕੱਪੜੇ ਦੇ ਪੈਸੇ ਦੇ ਦਿੰਦੇ ਹੋ ਪਰ ਕੱਪੜਾ ਨਹੀਂ ਪਹੁੰਚਦਾ, ਬਾਅਦ ਦੁਕਾਨਦਾਰ ਫੋਨ ਨਹੀਂ ਚੱਕਦੇ, ਇੱਥੇ ਇੱਦਾਂ ਦਾ ਕੋਈ ਕੰਮ ਨਹੀਂ। ਬਾਈ ਜੀ ਹੁਣਾਂ ਨੇ, ਮਾਤੂ ਸ਼੍ਰੀ ਦਸਤਾਰ ਨੇ ਹੁਣ ਤੱਕ ਲੋਕਾਂ ਦੀਆਂ ਹਜ਼ਾਰਾਂ ਦੁਕਾਨਾਂ ਖੁਲਾ ਕੇ ਦੇਤੀਆਂ, ਆਉਣ ਵਾਲੇ ਟਾਈਮ 'ਚ ਤੁਸੀਂ ਆਪਣੀ ਦੁਕਾਨ ਵੀ ਖੋਲ੍ਹ ਸਕੋਗੇ। ਦੇਖੋ ਜੀ ਵਿਆਹਾਂ ਸ਼ਾਦੀਆਂ ਦੇ ਤੇ ਰੱਖੜੀ ਦੇ ਤਿਉਹਾਰ ਤੇ ਕਢਾਈ ਵਾਲੇ ਸੂਟ ਲੈ ਕੇ ਆ ਗਏ ਆ, ਨਾਲ ਕਢਾਈ ਵਾਲੇ ਦੁਪੱਟੇ ਬਾਜ਼ਾਰਾਂ ਦੇ ਵਿੱਚ ਜਿਹੜੇ ਸੂਟ 1000-1000 1200-1200 ਦੇ ਮਿਲਦੇ ਆ ਤੇ ਦੁਕਾਨਦਾਰ ਤੁਹਾਨੂੰ 700-700-800 ਲੈਂਦੇ ਆ, ਅਸੀਂ 500 ਰੁਪਏ ਦਾ ਤੁਹਾਨੂੰ ਸੂਟ ਦੇ ਦੇਣਾ, ਰੰਗ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ, 500 ਰੁਪਏ ਦਾ ਜਾਮ ਕਾਟਨ ਦਾ ਸੂਟ। ਦੇਖੋ ਜੀ ਵਿਆਹਾਂ ਸ਼ਾਦੀਆਂ ਦੇ ਦੇਣੇ ਆ ਤਾਂ ਇੱਦਾਂ ਦੇ ਸੂਟ ਵਿਕਣੇ ਆ,
ਜਿਹੜੇ ਬਾਜ਼ਾਰਾਂ 'ਚ ਡੰਮੀਆਂ ਦੇ ਲਾ ਕੇ ਆਹ ਸੂਟ 1500-1500 ਦਾ ਵਿਕਦਾ, ਇੱਥੇ ਆ ਜਾਓ ਸਿਰਫ 5-500 ਦਾ ਲੈ ਜਾਓ। ਦੇਖੋ 5-5 ਸੋਹਣੇ ਸੂਟਾਂ ਦੇ ਵਿੱਚ ਵਰਾਇਟੀਆਂ ਚੈੱਕ ਕਰੋ, ਜਿੰਨੀਆਂ ਮਰਜ਼ੀ ਵਰਾਇਟੀਆਂ, ਸੈੱਟ ਬਾਏ ਸੈੱਟ ਕੱਪੜਾ ਮਿਲਣਾ। ਤੁਸੀਂ ਜਿੱਥੇ ਮਰਜ਼ੀ ਬੈਠੇ ਹੋ ਆ ਜਾਓ, ਫਾਇਦਾ ਤੁਹਾਡਾ ਹੋ ਜਾਣਾ, ਤੁਹਾਡੀ ਕਿਸਮਤ ਚਮਕਣੀਆਂ। ਨਵਾਂ ਕੰਮ ਸ਼ੁਰੂ ਕਰਨ ਵਾਲੇ ਰੀਸੇਲਰ, ਪਿੰਡਾਂ 'ਚ ਦੁਕਾਨਾਂ ਆ, ਫੇਰੀ ਲਾਉਣ ਵਾਲੇ, ਬਹੁਤ ਵੱਡਾ ਫਾਇਦਾ। 2-2 ਰੁਪਏ, 5-5 ਰੁਪਏ ਦੇ ਮਾਰਜਨ ਦੇ ਕੱਪੜਾ ਇੱਥੋਂ ਵੇਚੀ ਜਾਂਦੇ ਆ। ਦੇਖੋ ਜੀ, ਹੁਣ ਦਿਨ ਗਏ ਗਰੀਬੀ ਵਾਲੇ, ਹੁਣ ਦਿਨ ਗਏ ਤੁਹਾਨੂੰ ਕਿਸੇ ਮੂਹਰੇ ਹੱਥ ਫਲਾਉਣਾ ਪੈਂਦਾ। ਆ ਜਾਓ ਹੁਣ ਆ ਨਾਲ ਤੁਹਾਡੇ ਰਲ ਜਾਂਦੇ ਆ, ਮਾਤੂ ਸ਼੍ਰੀ ਦਸਤਾਰ ਤੇ ਆ ਜਾਓ, ਬਾਗੇ ਪੁਰਾਣੇ ਆ ਜਾਓ, ਜਿਹੜੇ ਬਾਜ਼ਾਰਾਂ 'ਚ 3-3 ਹਜ਼ਾਰ ਦੇ ਸੂਟ 650-600 ਰੁਪਏ 'ਚ ਲੈ ਜਾਓ, ਤੇ ਜਾ ਕੇ 1000-1000 ਰੁਪਏ ਦੇ ਵੇਚ ਦਿਓ, ਦੁਬਾਰਾ ਲੈਣ ਆ ਜਾਓ, ਕਿਉਂਕਿ ਹੁਣ ਮਾਤੂ ਸ਼੍ਰੀ ਦਸਤਾਰ ਤੁਹਾਡੀ ਗਰੀਬੀ ਨਹੀਂ ਰਹਿਣ ਦੇਣੀ। ਆ ਚੈੱਕ ਕਰ ਲਓ ਜੀ, ਬਾਜ਼ਾਰ 'ਚ 2-2 ਹਜ਼ਾਰ ਰੁਪਏ ਦਾ ਸੂਟ ਆ, 2-2 ਹਜ਼ਾਰ ਰੁਪਏ ਦਾ, ਇੱਥੇ ਦੇਣਾ 650-600 ਦਾ, ਬਾਜ਼ਾਰ 'ਚ 2 ਹਜ਼ਾਰ ਦਾ। ਜੇ ਤੁਸੀਂ 1 ਹਜ਼ਾਰ ਦਾ ਹੀ ਵੇਚਿਆ ਤੇ ਤੁਸੀਂ ਦੇਖੋ ਮੋਟੋ ਮੋਟਾ ਤੁਹਾਡਾ ਜਿਹੜਾ ਕਿ 350 ਰੁਪਇਆ ਬਣ ਗਿਆ ਇੱਕ ਸੂਟ ਪਿੱਛੇ। 10 ਸੂਟ ਕਹਿੰਦਾ ਮੈਂ, ਬਾਹਲੇ ਨਹੀਂ ਕਹਿੰਦਾ, 10 ਸੂਟ ਆਪਣੇ ਮੁੱਲੇ 'ਚ ਜਾਂ ਤੁਸੀਂ ਵੇਚਦੇ 3500 ਰੁਪਇਆ ਬਣ ਗਿਆ ਇੱਕ ਮਹੀਨੇ ਦਾ। ਤੁਸੀਂ ਦੇਖ ਲਓ ਵੀ 1 ਲੱਖ ਰੁਪਇਆ ਕਮਾ ਸਕਦੇ ਹੋ, ਏਡੇ ਵੱਡੇ ਫਾਇਦੇ ਇਹਦੇ ਵਿੱਚ ਆ। ਦੇਖੋ ਬਹੁਤ ਸਾਰੇ ਰੰਗ, ਬਹੁਤ ਸਾਰੇ ਡਿਜ਼ਾਈਨ, ਬਹੁਤ ਤਰ੍ਹਾਂ ਦਾ ਕੱਪੜਾ ਸਾਨੂੰ ਇੱਥੋਂ ਮਿਲ ਜਾਣਾ ਆ। ਦੇਖੋ ਜੀ, ਸਾਡੇ ਕੋਲ ਬੁਟੀਕ ਸੂਟ, ਡਿਜ਼ਾਈਨਰ ਸੂਟ ਵੀ ਹੈਗੇ ਆ, ਨਾਲ ਡਿਜ਼ਾਈਨਰ ਦੁਪੱਟੇ ਵੀ ਹੈਗੇ ਆ, ਕਾਟਨ ਦੇ ਵਿੱਚ ਵੀ, ਕਰੇਵ ਦੇ ਵਿੱਚ ਵੀ, ਔਰਗੈਂਜਾ ਦੇ ਵਿੱਚ ਵੀ, ਵਰਾਇਟੀ ਸਾਡੇ ਕੋਲ ਬਹੁਤ ਹੈ। ਜਿੰਨੇ ਮਰਜ਼ੀ ਰੰਗ, ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ, ਆਹ 2-2, 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
ਗੱਲ ਦੱਸ ਦਿਓ, ਜਿਹੜੇ ਭੈਣਾਂ ਭਰਾਵਾਂ ਨੇ ਫਸਟ ਟਾਈਮ ਕੰਮ ਸ਼ੁਰੂ ਕਰਨਾ, ਤੁਸੀਂ ਵੈਰਾਈਟੀ ਬਣਾਉਣ 'ਚ ਉਹਨਾਂ ਨੂੰ ਕੱਪੜੇ ਦੀ ਕੁਆਲਿਟੀ 'ਚ ਉਹਨਾਂ ਨੂੰ ਗਾਈਡ ਕਰਦੇ ਨੇ? ਦੇਖੋ ਜੀ, ਕੱਪੜੇ ਦਾ ਕੰਮ ਸ਼ੁਰੂ ਕਰਨ ਵਾਸਤੇ ਤੁਸੀਂ ਕੋਈ ਬਹੁਤੇ ਪੜ੍ਹੇ ਲਿਖੇ ਹੋਣੇ ਨਹੀਂ ਚਾਹੀਦੇ। ਤੁਹਾਨੂੰ ਕੋਈ ਬਾਹਲੀ ਨੌਲੇ ਲੈਣੀ ਨਹੀਂ ਪੈਣੀ। ਤੁਹਾਨੂੰ ਕੱਪੜੇ ਦਾ ਕੰਮ ਸ਼ੁਰੂ ਕਰਨ ਵਾਸਤੇ ਕੋਈ ਕੋਰਸ ਕਰਨ ਦੀ ਲੋੜ ਨਹੀਂ ਆ। ਤੁਸੀਂ ਬਾਕੇ ਪੈਣੇ ਆ ਜਾਓ, ਤੁਹਾਨੂੰ ਵਰਾਇਟੀ ਬਣਾਉਣ ਦੇ ਵਿੱਚ ਸਾਡੇ ਟੌਪ ਦੇ ਸੇਲਮੈਨ ਪੂਰੀ ਹੈਲਪ ਕਰਨਗੇ। ਤੁਹਾਨੂੰ ਦੱਸਣਗੇ 10-15 ਹਜ਼ਾਰ ਖਰਚ ਕੇ ਤੁਸੀਂ 30-35 ਹਜ਼ਾਰ ਦੀ ਸੇਲ ਕਿਵੇਂ ਕਰ ਸਕਦੇ ਹੋ। ਤੁਹਾਨੂੰ ਸਾਡੇ ਸੇਲਸਮੈਨ ਦੱਸਣਗੇ ਕਿੱਦਾਂ ਦਾ ਕੱਪੜਾ ਲੈ ਕੇ ਜਾਓ ਤੇ ਕਿੱਦਾਂ ਵੇਚਣਾ, ਸਾਰਾ ਹੀ ਸਿਸਟਮ ਅਸੀਂ ਸਮਝਾਵਾਂਗੇ ਭਾਜੀ। ਦੇਖੋ, ਤੁਸੀਂ ਹੋਰ ਕੰਮ ਕੋਈ ਵੀ ਸ਼ੁਰੂ ਕਰੋਗੇ 4-5-7 ਲੱਖ ਤੋਂ ਘੱਟ ਕੋਈ ਕੰਮ ਸ਼ੁਰੂ ਨਹੀਂ ਹੋਣਾ। ਜੇ ਕੰਮ ਨਾ ਚੱਲਿਆ ਤੇ ਸਾਰੀ ਉਮਰ ਕਹਿੰਦੇ ਖੜਾ ਨਹੀਂ ਹੋ ਹੁੰਦਾ, ਪਰ ਇੱਥੇ 15-20 ਹਜ਼ਾਰ ਰੁਪਇਆ ਲਾਉਣਾ ਗਰੰਟੀ ਆ ਵੀ ਤੁਹਾਡਾ ਕੰਮ ਚੱਲਣਾ ਹੀ ਚੱਲਣਾ, ਕਿਉਂਕਿ ਤੁਹਾਨੂੰ ਕੁਆਲਿਟੀ ਵਧੀਆ ਦੇਣੀ ਆ, ਕੱਪੜਾ ਤੁਹਾਨੂੰ ਵਧੀਆ ਦੇਣਾ। ਹੁਣ ਛੱਡ ਦਿਓ ਨੌਕਰੀਆਂ ਜਿਹੜੀਆਂ 10-10, 12-12 ਹਜ਼ਾਰ 'ਤੇ ਕਰਦੇ ਹਾਂ। ਬਹੁਤ ਸਾਰੀਆਂ ਟੀਚਰਾਂ ਸੀਗੀਆਂ ਸਾਡੀਆਂ, ਬਹੁਤ ਸਾਰੇ ਟੈਕਸੀ ਚਲਾਉਂਦੇ ਸੀਗੇ, ਬਹੁਤ ਸਾਰੇ ਲੋਕ ਹੋਰ ਜੋਬਾਂ ਕਰਦੇ ਸੀ, ਸਾਰਿਆਂ ਨੇ ਪੈਸੇ ਜੋੜੇ 20-25 ਹਜ਼ਾਰ ਅਤੇ ਆਪਣੇ ਕੰਮ ਸ਼ੁਰੂ ਕਰਤੇ। ਘਰਾਂ 'ਚ ਬੈਠ ਕੇ ਕੰਮ ਕਰ ਰਹੇ ਆ। ਉਹ ਸੋਸ਼ਲ ਮੀਡੀਆ ਦਾ ਜ਼ਮਾਨਾ, ਔਨਲਾਈਨ ਕੱਪੜਾ ਵੇਚੋ, ਫਾਇਦੇ ਬਹੁਤ ਆ। ਜੇ ਕੋਈ ਕਮੀ ਪੇਸ਼ੀ ਵੀ ਰਹਿ ਜੂਗੀ, ਮਾਤੂ ਸ਼੍ਰੀ ਦਸਤਾਰ ਮੋਢੇ ਨਾਲ ਮੋਢਾ ਜੋੜ ਕੇ ਖੜਾ ਪੈਣੋ, ਆ ਜਾਓ, ਇਹ ਹੁਣੇ ਹੀ ਆ ਜਾਓ ਸਵੇਰੇ ਹੀ ਤੁਸੀਂ ਕਰਕੇ। ਰੱਖੜੀ ਦਾ ਤਿਉਹਾਰ ਆ, ਇਹਨਾਂ ਦਿਨਾਂ ਦੇ ਵਿੱਚ ਕੱਪੜਾ ਤੁਸੀਂ ਜਲਦੀ ਵੇਚ ਸਕਦੇ ਹੋ। ਮੋਹਰੇ ਵਿਆਹ ਸ਼ਾਹੀ ਦਾ ਕੱਪੜਾ, ਦਾਜ ਵੇਚ ਦਾ ਕੱਪੜਾ, ਆਹ 2-2 ਹਜ਼ਾਰ ਵਾਲਾ ਸੂਟ ਜਿਹੜਾ ਬਾਜ਼ਾਰ 'ਚ ਆ, ਤੁਹਾਨੂੰ 700-750 ਦੇ ਵਿੱਚ ਦੇ ਦੇਣਾ। ਇੱਦਾਂ ਹੀ ਸਾਡੇ ਕੋਲ ਹੋਰ ਬਹੁਤ ਸਾਰੀਆਂ ਵਰਾਇਟੀਆਂ ਆ, ਛੇਤੀ ਆ ਜਾਓ। ਸਾਡੇ ਕੋਲ 150-200 ਤੋਂ ਸ਼ੁਰੂ ਹੋ ਕੇ ਤੁਸੀਂ 2-4-5 ਹਜ਼ਾਰ ਤੱਕ ਦੀਆਂ ਵਰਾਇਟੀਆਂ ਲੈ ਕੇ ਜਾ ਸਕਦੇ ਹਾਂ, ਫਾਇਦਾ ਤੁਹਾਡਾ ਆ। ਹੁਣ ਉੱਠ ਖੜੋ, ਜਾਗੋ, ਹੁਣ ਕੈਨੇਡਾ ਅਮਰੀਕਾ ਜਾਣ ਦੀ ਲੋੜ ਨਹੀਂ ਪੈਣੀ ਤੁਹਾਨੂੰ 20-20 ਲੱਖ ਰੁਪਈਆ ਖਰਚ ਕੇ ਆਪਣੇ ਪਰਿਵਾਰ ਤੋਂ ਦੂਰ ਹੋਣ ਲਈ। ਸਿਆਣੇ ਐਵੇਂ ਹੀ ਨਹੀਂ ਕਹਿ ਗਏ, ਕਹਿੰਦੇ ਜਿਹਨੂੰ ਕੰਮ ਦਾ ਤਰੀਕਾ
ਉਹਦਾ ਇੱਥੇ ਹੀ ਅਮਰੀਕਾ। ਕੰਮ ਕਰੋ ਯਾਰ, ਮਿਹਨਤ ਕਰੋ, ਉੱਠੋ, ਸਰਕਾਰਾਂ ਨੂੰ ਨਾ ਕੋਸੋ। ਟਾਈਮ ਤੁਹਾਡਾ ਆ ਗਿਆ ਹੁਣ ਅਮੀਰ ਬਣਨ ਦਾ, ਟਾਈਮ ਤੁਹਾਡਾ ਆ ਗਿਆ ਨਿਆਣਿਆਂ ਨੂੰ ਵਧੀਆ ਪੜ੍ਹਾਉਣ ਦਾ, ਟਾਈਮ ਤੁਹਾਡਾ ਆ ਗਿਆ ਦਰਾਂ ਦੇ ਬਾਹਰ ਗੱਡੀ ਖੜੀ ਕਰਨ ਦਾ। ਇਹ ਕਿੱਦਾਂ ਹੋਣੀਆਂ ਸਾਰੀਆਂ ਗੱਲਾਂ? ਤੁਹਾਡੀ ਮਿਹਨਤ ਦੇ ਨਾਲ ਆ ਜਾਓ, ਵੱਡੇ ਫਾਇਦੇ ਆ। 20,000 ਰੁਪਇਆ ਲਾਓ, ਘੱਟੋ ਘੱਟ ਮਹੀਨੇ ਦਾ 50,000 ਕਮਾਓ। ਬਹੁਤ ਸਾਰੇ ਲੋਕ ਕਮਾ ਰਹੇ ਆ। ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ, ਸਾਂਝ ਟੀਵੀ, ਬਾਘਾ ਪੁਰਾਣਾ।